ਆ ਫੜ ਲਏ ਪੈਸਾ ਦੁੱਗਣਾ ਕਰਨ ਵਾਲਾ ਜੋੜਾ। ਇਹਨਾਂ ਦੋਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਾਗਲ ਬਣਾਇਆ ਸੀ। ਇਹਨਾਂ ਨੇ ਲੋਕਾਂ ਨੂੰ ਇਹ ਲਾਲਚ ਦਿੱਤਾ ਅੱਜ ਤੋਂ 10 ਸਾਲ ਪਹਿਲਾਂ 2013 ਤੋਂ 2016 'ਚ ਇਹਨਾਂ ਨੇ 3 ਸਾਲ ਲੋਕਾਂ ਨੂੰ ਇਹ ਪਾਗਲ ਬਣਾਇਆ ਕਿ ਤੁਸੀਂ ਪੈਸੇ ਇਨਵੈਸਟ ਕਰੋ ਕੰਪਨੀ ਦੇ ਵਿੱਚ ਅਤੇ ਤੁਹਾਨੂੰ ਡਬਲ ਪ੍ਰੋਫਿਟ ਮਿਲੇਗਾ, ਯਾਨੀ ਕਿ ਕੁਝ ਹੀ ਦਿਨਾਂ ਦੇ ਵਿੱਚ ਪੈਸੇ ਦੁੱਗਣੇ। ਜੇ ਆਪਾਂ ਗੱਲ ਕਰੀਏ ਫਿਲਮਾਂ ਦੀ, ਫਿਲਮਾਂ ਦੇ ਵਿੱਚ ਤਾਂ ਸਭ ਕੁਝ ਬਹੁਤ ਚੰਗਾ ਲੱਗਦਾ ਦੇਖਣ ਨੂੰ, ਪਰ ਅਸਲੀਅਤ ਦੇ ਵਿੱਚ ਇਹਨਾਂ ਨੇ ਕਈ ਲੋਕਾਂ ਦੇ ਪੈਸੇ ਮਾਰੇ ਨੇ। 2016 ਤੋਂ ਬਾਅਦ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਕਿੰਨੇ ਸਾਲ ਇਹ ਫਰਾਰ ਰਹੇ, ਇਹਨਾਂ ਨੂੰ ਲੱਗਿਆ ਕਿਤੇ ਪੁਲਿਸ ਭੁੱਲ ਗਈ ਹੋਣੀ ਹੈ, ਪੁਲਿਸ ਨੂੰ ਚੇਤਾ ਨਹੀਂ ਹੋਣਾ, ਪਰ ਪੁਲਿਸ ਚੰਗੀ ਤਰ੍ਹਾਂ ਯਾਦ ਸੀ ਪੁਲਿਸ ਨੂੰ। ਪੁਲਿਸ ਦੇ ਕੋਲ ਰਿਪੋਰਟਾਂ, ਹਰੇਕ ਸਬੂਤ ਇਸ ਕੇਸ ਨੂੰ ਲੈ ਕੇ ਸਨ। ਤਾਂ ਦੱਸ ਦਈਏ ਕਿ ਨੇਚਰ ਹਾਈਟ ਦੇ ਨਾਮ 'ਤੇ ਇਹਨਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਦੋ ਲੋਕ ਗ੍ਰਿਫਤਾਰ ਕਰ ਲਏ ਗਏ ਨੇ, ਇਹਨਾਂ ਦੇ ਵਿੱਚੋਂ ਇੱਕ ਔਰਤ ਅਤੇ ਇੱਕ ਸ਼ਖਸ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ 2017 ਦੇ ਵਿੱਚ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਸੰਬੰਧੀ ਕਾਰਵਾਈ ਕਰਦਿਆਂ ਹੁਣ ਫਰੀਦਕੋਟ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਖਸ ਦਾ ਨਾਮ ਨਰੇਸ਼ ਕੁਮਾਰ ਅਤੇ ਕੁੜੀ ਦਾ ਨਾਮ ਮੋਨਿਕਾ ਦੱਸਿਆ ਜਾ ਰਿਹਾ ਹੈ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੇ ਜਿਹੜੇ ਹੋਰ ਸਾਥੀ ਸਨ ਜਿਹਨੇ ਪੂਰੇ ਪੰਜਾਬ ਨੂੰ ਠੱਗਿਆ ਹੈ, ਉਹਨਾਂ ਦੀ ਵੀ ਭਾਲ ਪੁਲਿਸ ਲਗਾਤਾਰ ਕਰ ਲਈ ਹੈ। ਤਾਂ ਖੁਸ਼ਖਬਰੀ ਹੈ, ਜਿਹੜੇ ਜਿਹੜੇ ਲੋਕਾਂ ਦਾ ਇਹਨਾਂ ਨੇ ਪੈਸਾ ਮਾਰਿਆ ਸੀ, ਇਹਨਾਂ ਦੋਹਾਂ ਨੇ ਜਿਹੜੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਨੇ, ਮੋਨਿਕਾ ਅਤੇ ਨਰੇਸ਼, ਹੁਣ ਤੁਹਾਡੇ ਪੈਸੇ ਸ਼ਾਇਦ ਵਾਪਸ ਆ ਜਾਣਗੇ, ਕਿਉਂਕਿ ਪੁਲਿਸ ਨੇ ਇਹਨਾਂ ਨੂੰ ਫੜ ਲਿਆ। ਖੁਲਾਸਾ ਹੋ ਸਕਦਾ ਹੈ ਕਿ ਇਹਨਾਂ ਨੇ ਜਿਹੜੇ ਪੈਸੇ ਮਾਰੇ ਸੀ ਉਹ ਖਰਚ ਕਰ ਲਏ ਨੇ, ਜਾਂ ਹਾਲੇ ਵੀ ਰੱਖੇ ਹੋਏ ਨੇ, ਜਾਂ ਫਿਰ ਅੱਗੇ ਇਹਨਾਂ ਦੇ ਜਿਹੜੇ ਸਾਥੀ ਆ ਜਾਂ ਇਹਨਾਂ ਦਾ ਜਿਹੜਾ ਕਿੰਗਪਿਨ ਹੈ ਉਹ ਕਿਹੜਾ ਹੈ, ਉਹ ਪਤਾ ਚੱਲੇਗਾ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ। 2013 ਤੋਂ 2016 ਦੇ ਵਿੱਚ ਜਿਸ ਜਿਸ ਨੇ ਇਨਵੈਸਟ ਕੀਤਾ ਸੀ ਇਹਨਾਂ ਚਿੱਟ ਫੰਡ ਕੰਪਨੀਆਂ ਦੇ ਵਿੱਚ, ਉਹਨਾਂ ਲਈ ਇਹ ਖਬਰ ਅਹਿਮ ਹੈ। ਸੰਨ 2017 ਵਿੱਚ ਸਾਡੇ ਥਾਣਾ ਸਿਟੀ ਫਰੀਦਕੋਟ ਵਿਖੇ ਇੱਕ 91 ਲੱਖ ਦੀ ਠੱਗੀ ਦਾ ਮਾਮਲਾ ਦਰਜ ਹੋਇਆ ਸੀਗਾ। ਉਸੇ ਸਿਲਸਿਲੇ ਵਿੱਚ ਇਹ ਇੱਕ ਮੇਨਕਾ ਕੁਲੀ ਹੈ ਜਿਸ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਦੇ ਕੈਂਪਸ 'ਚੋਂ ਗ੍ਰਿਫਤਾਰ ਕੀਤਾ। ਇਹ ਇਸ ਮੁਕੱਦਮੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰੋਕਲੇਮਡ ਅਫੈਂਡਰ ਚੱਲੀ ਆ ਰਹੀ ਸੀ। ਅਤੇ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ ਜੀ? ਇਹ ਫਿਲਹਾਲ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਿਆ ਅਤੇ ਉਹਦੇ ਵਿੱਚ ਸਾਡੀ ਅੱਗੇ ਫਰਦਰ ਇਹ ਤੋਂ ਪੁੱਛਗਿੱਛ ਜਾਰੀ ਹੈ। ਆ ਫੜ ਲਏ ਪੈਸਾ ਦੁੱਗਣਾ ਕਰਨ ਵਾਲਾ ਜੋੜਾ। ਇਹਨਾਂ ਦੋਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਾਗਲ ਬਣਾਇਆ ਸੀ। ਇਹਨਾਂ ਨੇ ਲੋਕਾਂ ਨੂੰ ਇਹ ਲਾਲਚ ਦਿੱਤਾ ਅੱਜ ਤੋਂ 10 ਸਾਲ ਪਹਿਲਾਂ 2013 ਤੋਂ 2016 'ਚ ਇਹਨਾਂ ਨੇ 3 ਸਾਲ ਲੋਕਾਂ ਨੂੰ ਇਹ ਪਾਗਲ ਬਣਾਇਆ ਕਿ ਤੁਸੀਂ ਪੈਸੇ ਇਨਵੈਸਟ ਕਰੋ ਕੰਪਨੀ ਦੇ ਵਿੱਚ ਅਤੇ ਤੁਹਾਨੂੰ ਡਬਲ ਪ੍ਰੋਫਿਟ ਮਿਲੇਗਾ, ਯਾਨੀ ਕਿ ਕੁਝ ਹੀ ਦਿਨਾਂ ਦੇ ਵਿੱਚ ਪੈਸੇ ਦੁੱਗਣੇ। ਜੇ ਆਪਾਂ ਗੱਲ ਕਰੀਏ ਫਿਲਮਾਂ ਦੀ, ਫਿਲਮਾਂ ਦੇ ਵਿੱਚ ਤਾਂ ਸਭ ਕੁਝ ਬਹੁਤ ਚੰਗਾ ਲੱਗਦਾ ਦੇਖਣ ਨੂੰ, ਪਰ ਅਸਲੀਅਤ ਦੇ ਵਿੱਚ ਇਹਨਾਂ ਨੇ ਕਈ ਲੋਕਾਂ ਦੇ ਪੈਸੇ ਮਾਰੇ ਨੇ। 2016 ਤੋਂ ਬਾਅਦ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਕਿੰਨੇ ਸਾਲ ਇਹ ਫਰਾਰ ਰਹੇ, ਇਹਨਾਂ ਨੂੰ ਲੱਗਿਆ ਕਿਤੇ ਪੁਲਿਸ ਭੁੱਲ ਗਈ ਹੋਣੀ ਹੈ, ਪੁਲਿਸ ਨੂੰ ਚੇਤਾ ਨਹੀਂ ਹੋਣਾ, ਪਰ ਪੁਲਿਸ ਚੰਗੀ ਤਰ੍ਹਾਂ ਯਾਦ ਸੀ ਪੁਲਿਸ ਨੂੰ। ਪੁਲਿਸ ਦੇ ਕੋਲ ਰਿਪੋਰਟਾਂ, ਹਰੇਕ ਸਬੂਤ ਇਸ ਕੇਸ ਨੂੰ ਲੈ ਕੇ ਸਨ। ਤਾਂ ਦੱਸ ਦਈਏ ਕਿ ਨੇਚਰ ਹਾਈਟ ਦੇ ਨਾਮ 'ਤੇ ਇਹਨਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਦੋ ਲੋਕ ਗ੍ਰਿਫਤਾਰ ਕਰ ਲਏ ਗਏ ਨੇ, ਇਹਨਾਂ ਦੇ ਵਿੱਚੋਂ ਇੱਕ ਔਰਤ ਅਤੇ ਇੱਕ ਸ਼ਖਸ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ 2017 ਦੇ ਵਿੱਚ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਸੰਬੰਧੀ ਕਾਰਵਾਈ ਕਰਦਿਆਂ ਹੁਣ ਫਰੀਦਕੋਟ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਖਸ ਦਾ ਨਾਮ ਨਰੇਸ਼ ਕੁਮਾਰ ਅਤੇ ਕੁੜੀ ਦਾ ਨਾਮ ਮੋਨਿਕਾ ਦੱਸਿਆ ਜਾ ਰਿਹਾ ਹੈ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੇ ਜਿਹੜੇ ਹੋਰ ਸਾਥੀ ਸਨ ਜਿਹਨੇ ਪੂਰੇ ਪੰਜਾਬ ਨੂੰ ਠੱਗਿਆ ਹੈ, ਉਹਨਾਂ ਦੀ ਵੀ ਭਾਲ ਪੁਲਿਸ ਲਗਾਤਾਰ ਕਰ ਲਈ ਹੈ। ਤਾਂ ਖੁਸ਼ਖਬਰੀ ਹੈ, ਜਿਹੜੇ ਜਿਹੜੇ ਲੋਕਾਂ ਦਾ ਇਹਨਾਂ ਨੇ ਪੈਸਾ ਮਾਰਿਆ ਸੀ, ਇਹਨਾਂ ਦੋਹਾਂ ਨੇ ਜਿਹੜੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਨੇ, ਮੋਨਿਕਾ ਅਤੇ ਨਰੇਸ਼,
ਹੁਣ ਤੁਹਾਡੇ ਪੈਸੇ ਸ਼ਾਇਦ ਵਾਪਸ ਆ ਜਾਣਗੇ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਫੜ ਲਿਆ। ਖੁਲਾਸਾ ਹੋ ਸਕਦਾ ਹੈ ਕਿ ਇਹਨਾਂ ਨੇ ਜਿਹੜੇ ਪੈਸੇ ਮਾਰੇ ਸੀ ਉਹ ਖਰਚ ਕਰ ਲਏ ਨੇ ਜਾਂ ਹਾਲੇ ਵੀ ਰੱਖੇ ਹੋਏ ਨੇ, ਜਾਂ ਫਿਰ ਅੱਗੇ ਇਹਨਾਂ ਦੇ ਜਿਹੜੇ ਸਾਥੀ ਆ ਜਾਂ ਇਹਨਾਂ ਦਾ ਜਿਹੜਾ ਕਿੰਗ ਪਿਨ ਹੈ ਉਹ ਕਿਹੜਾ ਹੈ ਉਹ ਪਤਾ ਚੱਲੇਗਾ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ। 2013 ਤੋਂ 2016 ਦੇ ਵਿੱਚ ਜਿਸ ਨੇ ਇਨਵੈਸਟ ਕੀਤਾ ਸੀ ਇਹਨਾਂ ਚਿੱਟ ਫੰਡ ਕੰਪਨੀਆਂ ਦੇ ਵਿੱਚ, ਉਹਨਾਂ ਲਈ ਇਹ ਖਬਰ ਅਹਿਮ ਹੈ। ਸੰਨ 2017 ਵਿੱਚ ਸਾਡੇ ਥਾਣਾ ਸਿਟੀ ਫਰੀਦਕੋਟ ਵਿਖੇ ਇੱਕ 91 ਲੱਖ ਦੀ ਠੱਗੀ ਦਾ ਮਾਮਲਾ ਦਰਜ ਹੋਇਆ ਸੀਗਾ। ਉਸੇ ਸਿਲਸਿਲੇ ਵਿੱਚ ਇਹ ਇੱਕ ਮੇਨਕਾ ਤੁਲੀ ਹੈ ਜਿਸ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਦੇ ਕੈਂਪਸ 'ਚੋਂ ਗ੍ਰਿਫਤਾਰ ਕੀਤਾ। ਇਹ ਇਸ ਮੁਕਦਮੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰੋਕਲੇਮਡ ਅਫੈਂਡਰ ਚੱਲੀ ਆ ਰਹੀ ਸੀ। ਅਤੇ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ ਜੀ? ਇਹ ਫਿਲਹਾਲ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਿਆ ਅਤੇ ਉਹਦੇ ਵਿੱਚ ਸਾਡੀ ਅੱਗੇ ਫਰਦਰ ਇਹ ਤੋਂ ਪੁੱਛਗਿੱਛ ਜਾਰੀ ਹੈ।